जे ते सारी वीडियो भाई एंड तक देखियो, एक तरह का ब्लॉग आ है स्प्रे का, एक स्प्रे की सी नरमे ते वो कुदरती मेरे को वीडियो पईआं सी, मैं जोड़ के जे पाई हैगी जरूर एप्रीशिएट करियो। दस्यो कमेंट करके भी की बने माहौल, फिर आप ब्लॉग जहाँ बनाना स्टार्ट करांगे। आप भी जुलम करके देखते हैं माड़ा जहा, जरूर माड़ा मोटा दस्यो सानू किवें कुछ कहानी। आ जाओ फिर देखो ये भाई जी, जिहड़ा पिछला हफ्ता ठंडा जिहा लंघिया गया, जो तुसी मतलब मुर्गे भुन भुन खाधे आ बकरे खाधे ने, तो वो कली कली हड्डी का मतलब कली कली सेंखी का लेखा जिहड़ा ये लऊ आ साडा वीर जिहड़ा 855 दे पिछे पाया पै, जिन्हें थोनू मोढ़े दे परने धरन लाता, चप्पलां फड़कन लातियां तो होरों जो झाकन लाता, जिहड़ा थोड़ी धरन टिकाने करूगा, तो जिहड़ा मतलब जिहड़ा भी मतलब कद्दू की फाड़ी कोई आसे पासे लगी रह गई मेदे च उहनू खोरन वास्ते तैयार वर तैयार। ये जिहड़ा 500 लीटर का ढोल है अंदरों जिहड़ा हल्याऊ थोड़ा सारा सिस्टम, पित्तियां चों हल्याऊ मैलां जिहड़ियां पथरियां का जिहड़ा रूप धारण कर जूगा अंदर, वो लैवल की गलबात करोगे जिहड़े तुसीं घोल के समाना पाओगे जिहड़ा नासां नूं चढ़ूगा, तो अंदरों फरकन लाऊ दिमाग दीआं नाड़ां। ਬਈ ਤੁਹਾਡੇ ਮੱਖੀਆਂ ਕਿਉਂ ਭਿਣਕੀਆਂ ਨੇ ਮੂੰਹ ਤੇ, ਕੀ ਕੀ ਹੋ ਗਿਆ? ਐ ਦੂਜੇ ਸ਼ਤਰੂਗਣ ਸੈਨਾ ਵਰਗੀਆਂ ਬੋਤੀਆਂ ਹੋ ਰਹੀਆਂ ਤੁਹਾਡੀਆਂ, ਜਿਵੇਂ ਜਵਾਕ ਨਹੀਂ ਡਰਦੇ ਹੁੰਦੇ ਸਕੂਲ ਜਾਣ ਵੇਲੇ ਵੀ, ਅੱਜ ਤਾਂ ਯਾਰ ਬਾਹਲਾ ਔਖਾ ਕੰਮ ਹੈਗਾ। ਇਹ ਵੈਰੀ ਉਹੀ ਲੈਵਲ ਹੈ ਇਹ। ਮੈਂ ਇਹ ਮੰਨ ਲਓ ਵੀ ਅੱਜ ਮੈਥ ਦਾ ਕੰਮ ਆ, ਅੱਜ ਥਿਊਰਮਾ ਦਾ ਕੰਮ ਆ, ਵੀ ਜੇ ਜਵਾਕ ਭਾਜ ਦੇਵੇ ਟਮਾਟਰ ਕੰਨ ਫੜਾਊਗਾ, ਉਹ ਲੈਵਲ ਹੈ ਥਿਊਰਮਾ ਦੇ ਟੁੱਪ ਖੜਿਆ ਤਾਂ ਯਾਰ ਉਤਲੇ ਲੈਵਲ ਦੀ ਗੱਲਬਾਤ ਬਣੀ, ਇਹ ਸਾਇੰਸ ਬਣਿਆ ਪਿਆ ਜਾਵਾਂ ਨਰੀ। ਦੇਖਣ ਦਾ ਕਬੂਤਰ ਮਿਲਕ ਬਦਾਮ ਹੀ ਲੱਗਦੀ ਹੈ, ਪਰ ਕਹਿੰਦੇ ਲਹੂ ਆਉਣ ਲੱਗਦੀ ਹੈ ਚਾਰੇ ਪਾਸਿਆਂ 'ਚੋਂ ਇਹ ਹੈ ਬਾਈ ਆ। ਇੱਕ ਵਰਕਰ ਹੋਰ ਸਾਡੇ ਦਰਮਿਆਨ ਪਹੁੰਚ ਚੁੱਕਿਆ ਹੈ, ਵਲੰਟੀਅਰ ਵੀਰ, ਜਿਹਨੇ ਅੱਜ ਇਹਨੇ ਵੀ ਲੇਖਾ ਦੇਣਾ ਗਾ। ਲੇਖਾ ਦੇਣਾ ਬਾਈ ਅੱਜ ਫਿਰ? ਓਏ ਆ ਗਿਆ, ਓਏ ਆ ਗਿਆ, ਓਏ 500 ਲੀਟਰ ਦਾ ਢੋਲ ਪਾ ਕੇ, ਓਏ ਹਲਿਆ ਦੂ, ਓਏ ਪਿੱਤੇ ਆ ਗਿਆ, ਡਰਦੇ ਹੀ ਪਾਣੀ ਪੀ ਜਾਂਦੇ ਆ ਪਹਿਲਾਂ ਹੀ। ਓਏ ਆ ਗਿਆ, ਓਏ ਖੁਰ ਗਿਆ ਸਾਰਾ ਸਮਾਨ, ਓਏ ਨੌ ਦਾ ਜਿਹੜੀਆਂ ਖਾ ਲਈਆਂ, ਓਏ ਵਿੱਚੀ ਭੁੱਕੀਆਂ ਵਿੱਚੀ ਫੀਮਾਂ ਬਣ ਗਈਆਂ ਟੀਮਾਂ, ਲਾਉਣ ਸਕੀਮਾਂ ਕੀ ਕਰਨਗੇ ਟੀਚਕ ਹੋਰੀ ਧਰਨ ਪਾਊ। ਉਹੀ ਟਰੈਟ ਹੈ, ਉਹੀ ਢੋਲ ਹੈ, ਉਹੀ ਬੰਦੇ ਹੈ, ਉਹੀ ਪਿੱਤਾ ਜਿਹੜਾ ਹਿੱਲੂ। ਇਹ ਬਾਈ ਫਿਰ ਹੁਣ ਉਤਲੇ ਲੈਵਲ 'ਤੇ ਹੋ ਜੂ ਗੱਡੀ, ਜਿਹੜੀ ਵੀਰੇ ਆ ਤੁਸੀਂ ਗੰਨ ਦੇਖ ਰਹੇ ਹੋਗੇ, ਇਹ ਉਤਲੇ ਲੈਵਲ ਦੀ ਚੀਜ਼ ਹੈ। ਇਹਦੇ ਵੀ ਜਿਹੜਾ ਤੁਪਕਾ ਤੁਪਕਾ ਲੰਘ ਕੇ ਅਸੀਨ ਵਰਗੀਆਂ ਦਵਾਈਆਂ ਦਾ ਗਾਹਾਂ ਜਿਹੜਾ ਫੁਹਾਰਾ ਬਣਦਾ ਗਾ, ਉਹ ਐਂ ਨਹੀਂ ਬਣਦਾ, ਉਹ ਪਤਾ ਕਰਾਉਂਦਾ ਗਾ ਵੀ ਆਹ ਕਿਆ ਬਾਤ ਹੈ, ਅਤੇ ਦਮ ਨਾਲ ਦਮ ਹੀ ਨਹੀਂ ਰਲਦਾ ਬਾਈਆ। ਜਦੋਂ ਅੱਧਾ ਕੁ ਕਿੱਲਾ ਹੋ ਗਿਆ ਦੱਸ ਦਿਓ, ਫਿਰ ਮੈਂ ਢੋਲ ਢਾਲ ਦੇਖ ਲੂੰਗਾ। ਚੰਗਾ ਆਪੀ ਦੇਖ ਲਓਗੇ ਫਿਰ? ਖਿਆਲ ਰੱਖੋ ਬਾਈ, ਤੁਸੀਂ ਐਂ ਜਾਲਮ ਡਾਕੂ ਬਣਿਆ ਫਿਰਦਾ ਗਾ, ਡੰਡੀ ਲੱਭੋ। ਪੰਚਾਇਤੇ ਜਹਾਜ਼ ਮੰਗਾ ਲਿਆ ਆਪਾਂ, ਤੁਸੀਂ ਦੇਖ ਰਹੇ ਹੋ ਬੱਦਲਾਂ 'ਚ ਫਿਰਦਾ ਗਾ, ਅਤੇ ਫਿਰ ਚਾਹ ਫੜ ਕੇ ਲਿਆਉਣੀ ਹੈ, ਕਿਉਂਕਿ ਮੈਂ ਤਾਂ ਜਦੋਂ ਚਾਹ ਫੜ ਕੇ ਲਿਆਉਣਾ ਨਾ ਖੇਤੋਂ ਖੇਤ ਵਾਲਿਆਂ ਵਾਸਤੇ, ਆਪਾਂ ਜਹਾਜ਼ 'ਤੇ ਜਾਂਦੇ ਹਾਂ। ਆ ਤੁਸੀਂ ਬਾਤ ਸੁਣੀ ਰਹੇ, ਮੈਂ ਦੀਂਦਾ ਤਾਂ ਹੈ ਨਹੀਂ ਗਾ ਬਾਈ, ਇੱਥੇ ਲੈਂਦਾ ਗਾ ਤੂਤ ਕੋਲ ਲੈਣਾ ਹੁੰਦਾ, ਪੈੜਦਾਨ ਜਿਹਾ ਬਣਿਆ ਹੋਇਆ ਉਹਦਾ, ਅਤੇ ਜਹਾਜ਼ 'ਤੇ ਜਾਂਦੇ ਹਾਂ ਆਪਾਂ। ਵੱਡਾ ਲੈਵਲ ਆਈ ਯਾਰ, ਤੂੰ ਜਾਣਦਾ ਡਿਸਕਵਰੀ ਵਾਲੀ ਫੀਲਿੰਗ ਹੈ ਕਿਉਂ ਉੱਥੇ ਇੰਨਾ ਤੇਜ਼ ਅੱਜ ਵੀ ਨਹੀਂ ਤੁਰਿਆ ਬਾਈ, ਅਤੇ ਫਿਰ ਢੋਲ ਕਿਵੇਂ ਵੱਜੂਗਾ ਜੀ? ਮੈਂ ਤਾਂ ਉੱਥੇ ਤਾਂ ਬਾਹਲਾ ਤੇਜ਼ ਸੀ ਤੂੰ, ਪ੍ਰੈਸ਼ਰ ਤਾਂ 32 ਦੇਤੀ ਹੈ। ਕਿਵੇਂ ਆ ਬਿਗ ਬਰਡ ਬਣਿਆ ਫਿਰਦਾ ਗਾ ਬਾਈ? ਖੜ ਕੇ ਨਾ ਪੀਆ ਕਰ, ਪਾਣੀ ਅੰਦਰਾਂ 'ਚ ਪੈ ਜਾਂਦਾ ਗਾ, ਅੰਦਰਾਂ ਸਿੱਧੀਆਂ ਠਾਰ ਦਿੰਦੀਆਂ ਨੇ। ਹੋਰ ਜੀ ਨਿਰਮਲ ਕਾਲੋ ਜੀ, ਠੀਕ ਹੈ ਬਹੁਤ ਵਧੀਆ ਬਹੁਤ ਵਧੀਆ। ਇਹੋ ਜਿਹਾ ਦਿਨ ਬਾਈ ਕਹਿੰਦੇ ਰੋਜ਼ ਹੀ ਆਵੇ ਸਾਡੇ ਤੇ, ਧੋਂਦੇ ਰਹਿੰਦੇ ਨੇ ਤਾਪ ਚੜ ਗਏ ਬਾਈ, ਤਾਪ ਚੜ ਜੇ ਜਿਨ੍ਹਾਂ ਨੂੰ ਕਹਿੰਦਾ ਕਿ ਮੰਜਿਆਂ ਦੇ ਨਾਲ ਫੋਟੋਆਂ ਲਹਾਉਂਦੇ ਰਹਿੰਦੇ ਨੇ। ਇਹ
ਪੰਚਾਇਤੇ ਅੱਜ ਤੁਹਾਨੂੰ ਇੱਕ ਇੰਟਰਸਟਿਡ ਗੱਲ ਦੱਸਦੇ ਹਾਂਗੇ ਕਿ ਜਦੋਂ ਮਹਿੰਜੇਦੜੋ ਦੀ ਅਤੇ ਸਿੰਧੂ ਘਾਟੀ ਦੀ ਸੱਭਿਆ ਦੇ ਵੇਲੇ ਖੁਦਾਈ ਹੋਈ ਆ ਉਦੋਂ ਇੱਕ ਬੰਦੂਕ ਥਿਆਈ ਹੈਗੀ ਅਜੇ ਵੀ ਥੋੜ੍ਹੀ ਜਿਹੀ ਮਿੱਟੀ ਦੱਬੀ ਪਈ ਹੈ ਉਹਦਾ ਪੱਟ ਜ਼ਿਆਦਾ ਨਹੀਂ ਥਿਆਇਆ ਉਹਦੀਆਂ ਨਾਲੀਆਂ ਜੀਆਂ ਜ਼ਰੂਰ ਥਿਆਈਆਂ ਇਹ ਦੱਸਿਆ ਜਾਂਦਾ ਕਹਿੰਦੇ ਇਹ ਜਿਹੜਾ ਮੁੰਡਾ ਆਪਣਾ ਅਬਦਾਲੀ ਸੀਗਾ ਉਹ ਜੇ ਇੱਥੇ ਘੇਰ ਰਿਹਾ ਉਹਦੀਆਂ ਬੱਖੀਆਂ ਕੁੱਟੀਆਂ ਵਾਹਵਾ ਉਹਦੀਆਂ ਰਫਲਾਂ ਰੁਫਲਾਂ ਡਿਗਿਆਲੀਆਂ ਇੱਕ ਰਫਲ 'ਤੇ ਪੈ ਗਈ ਮਿੱਟੀ ਇਹ ਤੋਂ ਬਾਅਦ ਦੁਨੀਆਦਾਰੀ ਦਾ ਉਤਲਾ ਲੈਵਲ ਹੋ ਗਿਆ ਅਤੇ ਉਹ ਰਫਲ 'ਤੇ ਤੁਹਾਨੂੰ ਜ਼ੂਮ ਕਰਦੇ ਆ ਵੀਰ ਜੀ ਆ ਗਈ ਉਹ ਦਨਾਲੀ ਇਹ ਅਬਦਾਲੀ ਤੋਂ ਡਗਿਆਲੀ ਸੀ ਜ਼ਿਆਦਾ ਕੁੱਟੀਆਂ ਇੱਥੇ ਅਤੇ ਉਹ ਰਾਵਣ ਮਹਿੰਜੇਦੜੋ ਅਤੇ ਸਿੱਧੂ ਘਾਟੀ ਦੀ ਸੱਭਿਅਤਾ ਵੇਲੇ ਸਿਆਗੀ ਇਹਦਾ ਪੱਟ ਪੁੱਟ ਜਿਹਾ ਗਮਾਚ ਗਿਆ ਪਰ ਆਹ ਨਾਲੀਆਂ ਜਾਂ ਜ਼ਰੂਰ ਪਈਆਂ ਵੀਰ ਜੀ ਤੁਸੀਂ ਦੇਖ ਸਕਦੇ ਹੋ ਉਤਲੇ ਲੈਵਲ ਦੀ ਗੱਲ ਹੈ ਬਾਕੀ ਤੁਹਾਡੀ ਮਰਜ਼ੀ ਹੈ ਕਿਉਂ ਠੀਕ ਆ ਬਾਈ ਇੱਕ ਨੰਬਰ ਹੈ ਤਰਨ ਟਿਕਾਣੇ ਹੋਈ ਮਾੜੀ ਮੋਟੀ ਹੋਰ ਬਿਗ ਬੋਰਡ ਇਨ ਦਾ ਹਾਊਸ ਹੈ ਹੁਣ ਰੈਪ ਕਾਹ ਚ ਆ ਰਿਹਾ ਹੈਗਾ ਫੈਜ਼ਲ ਬਣਿਆ ਪਿਆ ਗਾ ਵੀਰ ਬਰੋ ਸ੍ਰੀ ਚੱਕੂ ਮਾੜੀ ਜੀ ਗੁਰੂ ਨਾਨਕ ਬਣ ਗਿਆ ਨਿਆਤ ਵੀਰੇ ਹੈ ਪੀਣ ਕੀ ਲੱਗੀ ਜਾਂਦੀਆਂ ਹੈ ਹੈਂ ਓਏ ਜਿਹੜਾ ਤੀਆਂ ਦੇ ਦਿਨ ਲੰਘਦੇ ਨੇ ਆਪਾਂ ਕਿਉਂ ਬਸ ਇਕੱਲੀ ਗਰਮੀ ਦੀ ਖੇਈ ਆਉਂਦੀ ਹੈ ਜਿਵੇਂ ਬਾਈ ਅੱਜ ਦਾ ਦਿਨ ਹੈ ਇਹ ਦਿਨ ਔਖਾ ਹੈ ਊਂ ਤਾਂ ਜਿਵੇਂ ਕੱਖ ਕੰਡਾ ਕੱਢੀ ਜਾਂਦੇ ਚੱਲ ਜਦੋਂ ਵੀ ਬੰਦੇ ਨੂੰ ਤਕਲੀਫ ਪੱਗੂ ਉਹਦੀ ਬਹਿ ਜੂ ਇਹ ਜਿਹੜਾ ਪੈਂਦਾ ਜਾ ਰਹੀ ਛੱਤਾ ਆਪ ਮੁੱਕਦਾ ਉਦੋਂ ਬੈਠਣ ਦਿੰਦਾ ਜਾਂ ਪੱਠਾ ਮੁੱਕਦਾ ਉਦੋਂ ਬੈਠਣ ਦਿੰਦਾ ਇਹ ਇਹ ਜ਼ੋਰ ਲਵਾ ਦਿੰਦਾ ਬੰਦੇ ਦਾ ਕੇਰਾ ਨਾ ਇੱਕ ਆਪਣੇ ਜਾ ਗਿਆ ਗੁਮਾਰੇ ਦੀਆਂ ਫਲੀਆਂ ਖਾ ਕੇ ਡਿਜ਼ਾਇਨ ਬਣ ਗਿਆ ਨਾ ਜਿਹੜਾ ਸਿੱਕ ਦਾ ਇਹ ਤਾਂ ਉਤਲਾ ਲੈਵਲ ਹੋ ਗਿਆ ਜਮਾਂ ਨਾ ਨਾ ਤੇਰਾ ਢਿੱਡ ਅੰਦਰੀ ਬਣ ਗਿਆ ਉਸਤਾਜ ਚਲੋ ਕਰੋ ਇਕੱਠੀ ਯਾਰ ਸੁਣਾ ਤਾਂ ਦਿੱਤਾ ਮੋਬਾਈਲ ਤੇ ਸੁਣੀ ਆਪਦੇ ਕਿਹੜਾ ਸੁਰ ਸੀਗਾ ਇਹ ਤੂਫਾਨੀ ਸੁਰ ਆ ਬਾਈ ਢੋਲ